Government of India has launched a nationwide cleanliness initiative in the form of Swachhta Pakhwada from 1st to 15th September 2021. In lieu of the above, and to ensure effective implementation of the objective of Swachhta Pakhwada, we undertook various activities such as Swachhta Shabad, painting, essay writing, quiz, slogan writing, and model making competitions for students on virtual mode. All the teachers and students actively participated in the campaign. This initiative of the government helped us to inculcate behavioral changes in the individual and imbibe it in our day-to-day activities. Let us take a pledge to make our surroundings and our cities more cleaner, greener, and beautiful place to live in. I congratulate the teachers, the students for their active participation in this campaign. Thank you, and may God bless you.
ਅਸੀਂ ਸਵੱਛਤਾ ਪਖਵਾੜਾ ਮਨਾ ਰਹੇ ਹਾਂ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਇਹਦੇ ਵਿੱਚ ਅਸੀਂ ਇਹੀ ਦੇਖਣਾ ਹੈ ਕਿ ਸਾਡਾ ਆਸ-ਪਾਸ ਸਾਡਾ ਘਰ-ਬਾਰ ਸਾਡਾ ਚੁਗਿਰਦਾ ਸਭ ਕੁਝ ਸਾਫ ਸੁਥਰਾ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਵੀ ਅਸੀਂ ਇਹੀ ਸਿਖਾਈਏ ਕਿ ਉਹ ਆਪਣੇ ਘਰ ਨੂੰ ਆਪਣੇ ਚੁਗਿਰਦੇ ਨੂੰ ਆਸ-ਪਾਸ ਹਰ ਥਾਂ ਨੂੰ ਬਿਲਕੁਲ ਸਾਫ ਸੁਥਰਾ ਰੱਖਣ ਤਾਂ ਕਿ ਉਹਨਾਂ ਨੂੰ ਸਫਾਈ ਦੀ ਜਿਹੜੀ ਅਹਿਮੀਅਤ ਹੈ ਉਹ ਪਤਾ ਲੱਗ ਸਕੇ ਕਿ ਸਫਾਈ ਕਿੰਨੀ ਜ਼ਰੂਰੀ ਹੈ ਇਸ ਸਫਾਈ ਦੇ ਨਾਲ ਹੀ ਜਿਹੜਾ ਜ਼ਿੰਦਗੀ ਦਾ ਹਰ ਪੱਖ ਹੈ ਉਹ ਸੰਬੰਧ ਰੱਖਦਾ ਹੈ ਸਭ ਤੋਂ ਪਹਿਲਾਂ ਬੱਚੇ ਇਹ ਸਿੱਖਣਗੇ ਕਿ ਜਿਹੜਾ ਉਹਨਾਂ ਦਾ ਘਰ ਹੈ ਉਹ ਬਿਲਕੁਲ ਸਾਫ ਸੁਥਰਾ ਹੋਵੇ ਉਸ ਤੋਂ ਬਾਅਦ ਉਹ ਇਹ ਸਿੱਖਣਗੇ ਕਿ ਉਹਨਾਂ ਦਾ ਜਿਹੜਾ ਚੁਗਿਰਦਾ ਹੈ ਉਹ ਬਿਲਕੁਲ ਸਾਫ ਸੁਥਰਾ ਹੋਵੇ ਉਸ ਤੋਂ ਬਾਅਦ ਬੱਚੇ ਇਹ ਸਿੱਖਣਗੇ ਕਿ ਬਾਹਰ ਜਿੱਥੇ ਵੀ ਉਹ ਜਾਂਦੇ ਨੇ ਉਹਨਾਂ ਨੂੰ ਇਹ ਚੀਜ਼ ਸਿਖਾਈ ਜਾਵੇ ਕਿ ਕਿਤੇ ਵੀ ਹਮੇਸ਼ਾ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਰੈਪਰ ਵਗੈਰਾ ਬੱਚੇ ਇੱਧਰ ਉੱਧਰ ਸੁੱਟ ਦਿੰਦੇ ਨੇ ਜਾਂ ਡਸਟਬਿਨ ਨੂੰ ਯੂਜ਼ ਨਹੀਂ ਕਰਦੇ ਕੋਈ ਵੀ ਚੀਜ਼ ਖਾਧੀ ਤਾਂ ਰੈਪਰ ਉੱਥੇ ਹੀ ਸੁੱਟ ਦਿੱਤੇ ਕੋਸ਼ਿਸ਼ ਕਰੋ ਕਿ ਇਸ ਚੀਜ਼ ਨੂੰ ਬੱਚੇ ਜਿਹੜੇ ਨੇ ਉਹ ਅਵਾਇਡ ਕਰਨ ਹਮੇਸ਼ਾ ਇਸ ਚੀਜ਼ ਨੂੰ ਅਵਾਇਡ ਕਰਨ ਕਿ ਉਹ ਕੋਈ ਵੀ ਰੈਪਰ ਇੱਧਰ ਉੱਧਰ ਨਾ ਸੁੱਟਣ ਡਸਟਬਿਨ ਦਾ ਯੂਜ਼ ਕਰਨ ਜਿਹੜੇ ਡਸਟਬਿਨ ਰੱਖੇ ਹੁੰਦੇ ਨੇ ਉਹਨਾਂ ਨੂੰ ਯੂਜ਼ ਕਰਨ ਆਪਣੇ ਆਪ ਨੂੰ ਵੀ ਪੂਰਾ ਸਾਫ ਸੁਥਰਾ ਰੱਖਣ ਆਪਣੇ ਨਾਲਦਿਆਂ ਨੂੰ ਵੀ ਹਮੇਸ਼ਾ ਸਾਫ ਸੁਥਰੇ ਰਹਿਣ ਲਈ ਪ੍ਰੇਰਿਤ ਕਰਨ ਕਿਉਂਕਿ ਜੋ ਸਮਾਜ ਚੱਲ ਰਿਹਾ ਹੈ COVID-19 ਦਾ ਜਿਹੜਾ ਅਸੀਂ ਸਾਹਮਣਾ ਕਰ ਰਹੇ ਹਾਂ ਕਿੰਨੀ ਭਿਆਨਕ ਬਿਮਾਰੀ ਹੈ ਜੀ ਜਿਹਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਸਾਡੇ ਰਿਸ਼ਤੇ ਵੀ ਤਕਰੀਬਨ ਸੀਮਤ ਹੋ ਕੇ ਰਹਿ ਗਏ ਨੇ ਇਸ ਬਿਮਾਰੀ ਕਰਕੇ ਜੇ ਅਸੀਂ ਦੇਖੀਏ ਤਾਂ ਸਾਡੇ ਰਿਸ਼ਤੇ ਵੀ ਇਸ ਬਿਮਾਰੀ ਨੇ ਸੀਮਤ ਕਰ ਦਿੱਤੇ ਨੇ ਸਾਡਾ ਆਪਸ ਦੇ ਵਿੱਚ ਬੈਠਣਾ ਉੱਠਣਾ ਸਭ ਕੁਝ ਤਕਰੀਬਨ ਖਤਮ ਹੁੰਦਾ ਜਾ ਰਿਹਾ ਹੈ ਪਰ ਲੋੜ ਹੈ ਸਭ ਤੋਂ ਪਹਿਲਾਂ ਜੇ ਅਸੀਂ ਸਫਾਈ ਨੂੰ ਦੇਖੀਏ ਜੇ ਅਸੀਂ ਸਫਾਈ ਰੱਖੀਏ ਤਾਂ ਇਸ ਬਿਮਾਰੀ ਤੋਂ ਵੀ ਅਸੀਂ ਨਿਜਾਤ ਪਾ ਸਕਦੇ ਹਾਂ ਜਿਸ ਬਿਮਾਰੀ ਨੇ ਸਾਡੇ ਪੂਰੇ ਸਮਾਜ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖਿਆ ਹੋਇਆ ਹੈ ਉਹਦੇ ਲਈ ਆਪਾਂ ਕੁਝ ਜ਼ਿਆਦਾ ਨਹੀਂ ਕਰਨਾ ਹਮੇਸ਼ਾ ਆਪਾਂ ਇਹੀ ਦੇਖਣਾ ਹੈ ਕਿ ਜਦੋਂ ਆਪਾਂ ਬਾਹਰ ਜਾਂਦੇ ਹਾਂ ਜਾਂ ਆਪਣੇ ਬੱਚੇ ਬਾਹਰ ਜਾਂਦੇ ਨੇ ਤਾਂ ਉਹ ਹਮੇਸ਼ਾ ਮਾਸਕ ਪਾ ਕੇ ਜਾਣ ਸੈਨੇਟਾਈਜ਼ਰ ਉਹਨਾਂ ਦੇ ਕੋਲ ਹੋਣੇ ਚਾਹੀਦੇ ਨੇ ਸੈਨੇਟਾਈਜ਼ਰ ਯੂਜ਼ ਕਰਨ ਬਾਰ ਬਾਰ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਲਗਾਉਣ ਜਦੋਂ ਵੀ ਕਿਸੇ ਚੀਜ਼ ਨੂੰ ਹੱਥ ਲਾਉਂਦੇ ਨੇ ਤਾਂ ਹੱਥ ਜਿਹੜਾ ਹੈ ਉਹ ਦੁਬਾਰਾ ਮੂੰਹ ਨੂੰ ਨਾ ਲਾਉਣ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨ ਮਾਸਕ ਪਾ ਕੇ ਬਾਹਰ ਜਾਣ ਆਪਾਂ ਇਹ ਨਹੀਂ ਦੇਖਣਾ ਕਿ ਮਾਸਕ ਜਿਹੜਾ ਹੈ ਅਸੀਂ ਇਕੱਲਿਆਂ ਨੇ ਪਾਇਆ ਹੋਇਆ ਹੈ ਦੂਸਰਿਆਂ ਨੇ ਨਹੀਂ ਪਾਇਆ ਹੋਇਆ ਜੇ ਅਸੀਂ ਮਾਸਕ ਪਾਵਾਂਗੇ ਸਾਨੂੰ ਦੇਖ ਕੇ ਦੋ ਜਣੇ ਹੋਰ ਪਾਉਣਗੇ ਜੇ ਦੋ ਹੋਰ ਪਾਉਣਗੇ ਤੇ ਉਹਨਾਂ ਨੂੰ ਦੇਖ ਕੇ ਦੋ ਜਣੇ ਹੋਰ ਪਾਉਣਗੇ ਸੋ ਜੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਲਾਗੂ ਕਰਾਂਗੇ ਪੂਰੀ ਤਰ੍ਹਾਂ ਨਾਲ ਤਾਂ ਹੀ ਦੂਸਰੇ ਜਿਹੜੇ ਸਾਰੇ ਨੇ ਉਹ ਨਿਯਮਾਂ ਨੂੰ ਲਾਗੂ ਕਰਨਗੇ ਖਾਸ ਤੌਰ ਤੇ ਬੱਚਿਆਂ ਨੂੰ ਇਹ ਚੀਜ਼ਾਂ ਬਿਲਕੁਲ ਚੰਗੀ ਤਰ੍ਹਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਉਹਨਾਂ ਨੇ ਸਕੂਲ ਵੀ ਆਉਣਾ ਹੈ ਤਾਂ ਸਕੂਲ ਵੀ ਉਹ ਇਸ ਤਰੀਕੇ ਨਾਲ ਆਉਣ ਕਿ ਉਹਨਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਹਰ ਚੀਜ਼ ਦੀ ਜਾਣਕਾਰੀ ਦਿੱਤੀ ਹੋਵੇ ਕਿ ਉਹ ਪੂਰੇ ਤਰੀਕੇ ਨਾਲ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨ ਮਾਸਕ ਪਾ ਕੇ ਰੱਖਣ ਹਮੇਸ਼ਾ ਸੈਨੇਟਾਈਜ਼ਰ ਦੀ ਕਿਸੇ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ ਵਰਤੋਂ ਕਰਨ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਨ ਤੋਂ ਪਰਹੇਜ਼ ਕਰਨ ਕਿਉਂਕਿ ਇਹ ਸਾਰੀਆਂ ਚੀਜ਼ਾਂ ਹੁਣ ਬਹੁਤ ਜ਼ਿਆਦਾ ਜ਼ਰੂਰੀ ਨੇ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਤਾਂ ਹੀ ਅਸੀਂ ਇਸ COVID-19 ਤੇ ਕਾਬੂ ਪਾ ਸਕਦੇ ਹਾਂ ਮਾਸਕ ਪਾ ਕੇ ਰੱਖਣ ਮਾਸਕ ਦੀ ਬਿਲਕੁਲ ਵੀ ਅਣਗਹਿਲੀ ਨਾ ਕਰਨ ਔਰ ਉਹਨਾਂ ਨੂੰ ਇਹ ਹਮੇਸ਼ਾ ਸਿਖਾਉਣਾ ਹੈ ਕਿ ਇਹ ਸਵੱਛਤਾ ਜਿਹੜਾ ਪਖਵਾੜਾ ਹੈ ਤਾਂ ਹੀ ਮਨਾਇਆ ਜਾਂਦਾ ਹੈ ਸਿਰਫ 15 ਦਿਨ ਲਈ ਅਸੀਂ ਸਫਾਈ ਤੇ ਜ਼ੋਰ ਨਹੀਂ ਦੇਣਾ ਅਸੀਂ ਉਹਨਾਂ ਨੂੰ ਪੂਰੀ ਜ਼ਿੰਦਗੀ ਲਈ ਇਹ ਨਿਯਮ ਸਿਖਾਉਣਾ ਹੈ ਕਿ ਜਿਸ ਜਗ੍ਹਾ ਤੇ ਵੀ ਜਾਣਾ ਹੈ ਜਿਸ ਜਗ੍ਹਾ ਤੇ ਵੀ ਰਹਿਣਾ ਹੈ ਜਿੱਥੇ ਵੀ ਜਾਣਾ ਹੈ ਜਿਵੇਂ ਵੀ ਕਰਨਾ ਹੈ ਹਰ ਜਗ੍ਹਾ ਨੂੰ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਜੇ ਅਸੀਂ ਸਾਫ ਸੁਥਰਾ ਰੱਖਾਂਗੇ ਤਾਂ ਹੀ ਸਾਨੂੰ ਦੇਖ ਕੇ ਦੂਸਰੇ ਵੀ ਉਸ ਨਿਯਮ ਦੇ ਤੌਰ ਤੇ ਚੱਲਣਗੇ ਅਸੀਂ ਮਾਸਕ ਪਾਵਾਂਗੇ ਸਾਨੂੰ ਦੇਖ ਕੇ ਦੂਸਰੇ ਮਾਸਕ ਪਾਉਣਗੇ ਅਸੀਂ ਹੱਥਾਂ ਨੂੰ ਸੈਨੇਟਾਈਜ਼ ਕਰਾਂਗੇ ਸਾਨੂੰ ਦੇਖ ਕੇ ਦੂਸਰੇ ਕਰਨਗੇ ਹਮੇਸ਼ਾ ਮਤਲਬ ਕਦੇ ਇਹ ਨਹੀਂ ਸੋਚਣਾ ਕਿ ਦੁਨੀਆਂ ਆ ਚੀਜ਼ ਨਹੀਂ ਕਰਦੀ ਤਾਂ ਅਸੀਂ ਨਹੀਂ ਕਰਨੀ ਜਿਸ ਨਿਯਮ ਨੂੰ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕਰਾਂਗੇ ਉਹ ਨਿਯਮ ਦੂਸਰੇ ਆਪਣੇ ਆਪ ਹੀ ਲਾਗੂ ਕਰਨਾ ਸ਼ੁਰੂ ਕਰ ਦਿੰਦੇ ਨੇ ਖਾਸ ਤੌਰ ਤੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਮਤਲਬ ਕਿ ਬੱਚੇ ਪੂਰਾ ਇਸ ਬਿਮਾਰੀ ਤੋਂ ਤਾਂ ਹੀ ਸੁਰੱਖਿਅਤ ਰਹਿ ਸਕਦੇ ਨੇ ਜੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਆਪਣੇ ਚੁਗਿਰਦੇ ਨੂੰ ਸਾਫ਼ ਸੁਥਰਾ ਰੱਖਣ ਆਸ ਪਾਸ ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਕਿਸੇ ਦਾ ਜਨਮ ਦਿਨ ਹੁੰਦਾ ਹੈ ਬੱਚੇ ਦਾ ਜਾਂ ਕੋਈ ਖਾਸ ਦਿਹਾੜਾ ਹੁੰਦਾ ਹੈ ਤਾਂ ਰੁੱਖ ਲਗਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਰੁੱਖ ਲਗਾਉਣ ਨਾਲ ਵਾਤਾਵਰਨ ਹਰਾ ਭਰਾ ਹੋਏਗਾ ਆਕਸੀਜਨ ਮਿਲੇਗੀ ਜਿਹਦੀ ਕਿ ਇਸ ਟਾਈਮ ਇੰਨੀ ਕਮੀ ਆ ਰਹੀ ਹੈ
जिदे कमी करके किनिया जिंदगियां जिहड़ियां ने ਉਹ ਖਤਮ ਹੋ ਰਹੀਆਂ ਨੇ ਔਰ ਇਸ ਬਿਮਾਰੀ ਨੇ ਸਮਾਜ ਨੂੰ ਪੂਰਾ ਹਲੂਣ ਕੇ ਰੱਖ ਦਿੱਤਾ ਹੈ। ਕੋਸ਼ਿਸ਼ ਕਰਿਆ ਕਰੋ ਕਿ ਆਸ ਪਾਸ ਨੂੰ ਪੂਰਾ ਸਾਫ਼ ਰੱਖਿਆ ਜਾਵੇ, ਚੁਗਿਰਦੇ ਨੂੰ ਸਾਫ਼ ਰੱਖਿਆ ਜਾਵੇ, ਕਿਸੇ ਖਾਸ ਦਿਹਾੜੇ ਤੇ ਰੁੱਖ ਲਗਾਏ ਜਾਣ, ਆਪਣੇ ਬੱਚਿਆਂ ਨੂੰ ਸਫਾਈ ਦੀ ਅਹਿਮੀਅਤ ਸਮਝਾਈ ਜਾਵੇ। ਛੋਟੀਆਂ ਛੋਟੀਆਂ ਚੀਜ਼ਾਂ ਨਾਲ ਹੀ ਬੱਚੇ ਜਿਹੜੇ ਨੇ ਉਹ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਜਾਂਦੇ ਨੇ, ਕਿਉਂਕਿ ਜੇ ਅਸੀਂ ਉਹਨਾਂ ਨੂੰ ਨਹੀਂ ਸਿਖਾਵਾਂਗੇ ਤਾਂ ਹੋਰ ਕੌਣ ਸਿਖਾਏਗਾ। ਸੋ ਕੋਸ਼ਿਸ਼ ਕਰੋ कि उन्होंने इस स्वच्छता पखवाड़े का मतलब समझाओ, यह समझाओ कि यह सफाई या यह नियम सिर्फ 15 दिन लिए नहीं अपनाने, हमेशा लिए अपनाने ने, क्योंकि जो इन्होंने नियमों तो जाणू होंगे तो असी COVID-19 वर्गी भयानक बीमारी तो भी निजात पा सकते हाँ, फिर अपनी जिंदगी उवें माण सकते हाँ जिवें असी पहलों माणते रहे हाँ, सारिया खुशियां उवें ही माण सकते हाँ। तो कोशिश करो बच्चों नूं पूरे तरीके नाल इस चीज़ की तैयार करो कि हत्थां नूं बार बार सैनिटाइज करन, मास्क पा के रखन, हमेशा अपने आप नूं साफ सुथरा रखन, मास्क नूं बिल्कुल ना उतारन, साफ सुथरा पानी पीन, साफ सुथरिया चीज़ां खाण, तां ही उह इस बीमारी तों मुक्त रह सकदे ने, अते तां ही असीं अपने समाज नूं साफ सुथरा रख सकते हाँ अते बीमारियां तों मुक्त रख सकते हाँ। मैनूं बहुत खुशी है कि तुसीं सारयां ने मैनूं बहुत ध्यान नाल सुनिया है, बहुत बहुत धन्यवाद तुहाडा कि तुसी अपनी जिंदगी दे कीमती समय चो इस गल्लां नूं सुनन लई समां कढ़िया। मैनूं उम्मीद है कि तुसी अपने बच्चियां नूं इस चीज़ तो जरूर जाणू करवाओगे कि सफाई जिंदगी दे विच किन्नी वड्डी अहमियत रखती है। इस सफाई दे जरिए ही असी COVID-19 वर्गी भयानक बीमारी नूं भी इस समाज चो हमेशा लई दूर कर सकते हाँ। धन्यवाद। अंत विच फिर तो प्यार भरी सत श्री अकाल। डिस्ट्रिक्ट स्पैशल ओलंपिक एसोसिएशन होर भी संस्थावां नाल जुड़िया होया। अज जिहड़ा मैं विषय लै रहा है वह है स्वच्छता। स्वच्छ भारत अभियान 2014 दे विच कीता गया कि आपां स्वच्छता दे प्रति जागरूक होईए। एक आम इंसान जे स्वच्छता दे प्रति जागरूक हो जाएगा, अपने आले दुआले नूं साफ सुथरा रखेगा, सब तो पहला जिस घर जिस जगह असीं रहने हैं घर नूं साफ सुथरा रखना, उहदे बाहर सड़क नूं कि वायरस एक व्यक्ति तो दूजे व्यक्ति तक किन्नी तेजी दे नाल फैलता है, उहदा भी बचाव दे विच सानूं स्वच्छता नूं अपनाना चाहिदा है, क्योंकि वायरस दे इक संक्रमित व्यक्ति दे यूज कीते हुए मास्क या ओदी डिस्पोजेबल आइटम जे असी उन्हूं सही तरीके दे नाल डिस्पोज ऑफ नहीं करदे ते ओ आइटम जिहड़ियां चीजां ने ओ समाज दे विच गंदगी फैलाउण दा काम करेगी, ओदे नाल इक तो लैके दूजे व्यक्ति संक्रमित हो सकदे आ। आम बच्चे या जिन्हां दी इम्यूनिटी कमजोर है ओ बहुत तेजी दे नाल इस वायरस दी पकड़ दे विच आ जांदे आ। अगर जे असीं स्वच्छता दे नूं अपने जीवन दे विच नियम दे रूप दे विच अपनाया है फिर असीं इस बीमारी तो भी बाकी बीमारियां तो भी बच सकते हैं। अजकल बारिश का मौसम है, डेंगू अते वायरल बुखार वर्गियां बीमारियां बहुत तेजी दे नाल फैल रही है।
इन्हों तो भी स्वच्छता रखते अपने आले दुआले जिते पानी ना खड़ा हो दईए किते भी डेंगू का लार्वा जिहड़ा ओह इकट्ठा ना हो दईए गमले कूलर कॉट्स वगैरह अपने आले दुआले जो है उन्हां दी प्रोपर सफाई करिए तां इस बीमारी तो भी अपने। मैं गुरिंदर कुमार प्रोग्राम कोआर्डीनेटर SBM नगर निगम लुधियाना। स्वच्छ भारत के सुपने पूरा करने के लिए अपन साइंटिफिक मैनेजमेंट ऑफ वेस्ट बारे समझना पेगा ते उन्हें फॉलो करना पेगा। साइंटिफिक मैनेजमेंट ऑफ वेस्ट भाव कूड़े का विज्ञानिक तरीके नाल प्रबंधन उहदे लई अपन सैग्रीगेशन बारे समझना पेगा होम कंपोस्टिंग का जो प्रोसैस है उन्हें फॉलो करना पेगा। कूड़े नूं रिसोर्स समझण दे लई कूड़े नूं अलग अलग रखना जरूरी है। गिला कूड़ा अलग सुका कूड़ा अलग ते घरेलू यार्ड वेस्ट है जो अलग रखना। गिले कूड़े वो भी एक तरह अपना जो COVID-19 का कारण बन रहा कोरोना वायरस का कारण बन रहे जिहड़ा कूड़े नूं अग लगाउने आ उहदे विचों जिहड़ा गैसां निकलदियां ने उहदे नाल आपां नूं ऑक्सीजन की कमी हुंदी है ते इस करके आपां दूजी लहर दे विच देखी है कि कूड़ा ਨੂੰ ਅੱਗ ਲਗਾਉਣ ਕਰਕੇ ਆਕਸੀਜਨ ਦੀ ਕਿੰਨੀ ਕਮੀ ਪਾਈ ਗਈ ਤੇ ਕਿੰਨੇ ਲੋਕ ਜਾਨਾਂ ਗਵਾ ਚੁੱਕੇ ਨੇ। ਕੋਰੋਨਾ ਵਾਇਰਸ ਦੀ ਤੀਜੀ ਲਹਿਰ ਜੋ ਕਿਸੇ ਕੋਈ ਪਤਾ ਨਹੀਂ ਕਦੋਂ ਆ ਜਾਵੇ ਇਸ ਲਈ ਵੈਕਸੀਨੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ। ਆਪਣੇ ਨਜ਼ਦੀਕੀ ਜਿੱਥੇ ਵੀ ਸਰਕਾਰੀ ਹੋਸਪਿਟਲ ਜਾਂ ਡਿਸਪੈਂਸਰੀ ਦੇ ਵਿੱਚ ਜਿੱਥੇ ਵੀ ਵੈਕਸੀਨੇਸ਼ਨ ਕੈਂਪ ਲੱਗਦਾ ਤੁਸੀਂ ਵੈਕਸੀਨੇਸ਼ਨ ਜ਼ਰੂਰ ਕਰਵਾਓ। ਧੰਨਵਾਦ।